ਕਹਿੰਦਾ ਸੋਨੇ ਦੀ ਲੈਲੀ ਭਾਵੇਂ ਟੋਪੀ ਪਰ ਮਿੱਤਰਾ ਤਾਜ ਦਾ ਤਾਜ ਹੀ ਹੈ, ਅਸੀਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ। ਪਰ ਮਿੱਤਰਾ ਇਹ ਗੱਲ ਮੰਨਣੀ ਪਊ ਕਿ ਸਵਰਾਜ ਦਾ ਸਵਰਾਜ ਹੀ ਹੈ। ਬਾਪੂ ਕਹਿੰਦਾ ਕਹਿੰਦਾ ਪੁੱਤ ਸਾਰਾ ਪਿੰਡ ਗੱਲਾਂ ਕਰਦਾ ਕਿ ਉਹਨਾਂ ਦਾ ਮੁੰਡਾ ਵਿਗੜਿਆ ਫਿਰਦਾ। ਮੈਂ ਕਿਹਾ ਬਾਪੂ ਉਹ ਬੁਲਟ ਕਦਾ ਜਿਹਦੀ ਗੇੜ ਰੜਕੇ ਨਾ, ਤੇ ਉਹ ਮੁੰਡਾ ਕਦਾ ਜਿਹੜਾ ਵੈਰੀਆਂ ਦੀ ਅੱਖਾਂ ਚ ਰੜਕੇ। ਐਵੇਂ ਦੀ ਕੋਈ ਗੱਲ ਨੀ, ਮਿਹਨਤ ਕਰਨੀ ਜਹਾਜ਼ਾਂ ਗਾਰੰਟੀ ਮੈਂ ਦੇ ਸਕਤਾ, ਮੇਰੇ ਪੇ ਭਰੋਸਾ ਨਹੀਂ ਤੋ ਹਮਾਰਾ 5034 ਰੁਪਏ ਹਮਕੋ ਦੇ ਦੋ ਔਰ ਹਮਕੋ ਛੋੜ ਦੋ। ਡਰ ਲੱਗ ਰਿਹਾ, ਅਭੀ ਤੋ ਖੇਲ ਸ਼ੁਰੂ ਹੁਆ। ਦੇਖੋ ਅਸੀਂ ਝੋਨਾ ਵੱਢ ਲਿਆ ਤੇ ਹੁਣ ਅਸੀਂ ਗੱਪ ਮਾਰਾਂਗੇ, ਕਿਹੜਾ ਤਾਂਡ ਗਵਾਂਢ ਨੂੰ ਰੋਟੀ ਸਵਾਦ ਲਗਨੋਟਾ ਦਾਂਗੇ। ਅਸੀਂ ਕਿਹੜਾ 90-95 ਤੋਂ ਥੱਲੇ ਉਤਰਨਾ, ਉਹ ਹੋਰ ਰੱਬਾ ਮੇਰਿਆ, ਉਹ ਤਾਂ ਸਾਨੂੰ ਪਤਾ ਨਾ ਵੀ ਕਿਹੜਾ ਨਿਕਲਿਆ ਕਿਹੜਾ ਰਾਮ ਦਾ ਬਾਬਾ। ਐਵੇਂ ਦੀ ਕੋਈ ਗੱਲ ਨਹੀਂ, ਮਿਹਨਤ ਕਰਨੀ, ਕੋਈ ਮਾੜੀ ਨਹੀਂ ਪੜਦੇ, ਮੁਸੀਬਤਾਂ ਦਾ ਫਿਰ ਫਾਇਦਾ ਹੀ ਕੀ ਹੋਇਆ ਜੇ ਤੁਹਾਨੂੰ ਪਰਖਣਾ ਹੀ ਤੇ ਕੋਈ ਇਸ਼ੂ ਵਾਲੀ ਗੱਲ ਨਹੀਂ। ਜਿੰਨਾ ਨੇ ਸਾਥ ਦਿੱਤਾ,